22 मार्च ਨੂੰ ਬਲਕਿ ਪਹਿਲੇ ਹੀ ਮਾਰਚ ਤੋਂ ਇਹ ਔਰਤਾਂ ਨੇ ਲੰਗ ਮਾਰਚ ਕੀਤਾ ਨਾ ਮੇਰਾ ਜਿਸਮ ਮੇਰੀ ਮਰਜ਼ੀ ਇਧਰੋਂ ਉਹਨਾਂ ਨੇ ਮੇਰਾ ਜਿਸਮ ਮੇਰੀ ਮਰਜ਼ੀ ਦਾ ਨਾਰਾ ਲਾਇਆ ਤੇ ਫਿਰ ਕਰੋਨਾ ਨੇ ਸਿਰ ਚੁੱਕ ਲਿਆ ਕਰੋਨਾ ਐਵੇਂ ਨਹੀਂ ਆਇਆ ਇਹ ਸਾਡੀ ਸ਼ਾਮਤੀ ਆਮਾਲ ਹੈ ਜੋ ਬੀਜਣੇ ਆ ਨਾ ਉਹ ਹੀ ਵੱਢਣਾ ਜਿਹੜੀ ਬੀਬੀ ਇਹ ਨਾਰਾ ਮਾਰੇ ਕਿ ਮੇਰਾ ਜਿਸਮ ਮੇਰੀ ਮਰਜ਼ੀ ਉਸ ਬੀਬੀ ਨੂੰ ਇਹ ਖਿਆਲ ਨਹੀਂ ਆਉਂਦਾ ਕਿ ਆਕਾ ਦੀ ਆਮਦ ਤੋਂ ਪਹਿਲਾਂ ਤੇ ਲੋਕ ਤੈਨੂੰ ਜ਼ਿੰਦਾ ਦਰਗੋਰ ਕਰ ਦਿੰਦੇ ਸਨ ਤੈਨੂੰ ਕੋਈ ਨਿਗਾਹ ਸ਼ਫਕਤ ਨਾਲ ਨਹੀਂ ਵੇਂਦਾ ਇਹ ਤੇ ਕਰੀਮ ਆਕਾ ਦੀ ਆਮਦ ਹੋਈ ਤੇ ਸਰਕਾਰ ਨੇ ਜ਼ਹਰਾ ਪਾਕ ਨੂੰ ਸੀਨੇ ਨਾਲ ਲਾਇਆ ਬੇਟੀਆਂ ਦੇ ਸਿਰ ਤੇ ਰਿਦਾ ਦਿੱਤੀ ਚਾਦਰ ਦਿੱਤੀ ਕਿਹੜੇ ਹੱਕ ਦੀਆਂ ਗੱਲਾਂ ਕਰਨੀਆਂ ਔਰਤ ਬਾਪ ਦੇ ਘਰ ਹੋਵੇ ਤੇ ਪਿਓ ਦਾ ਕਿ ਔਰਤ ਦੇ ਸਾਰੇ ਹਕੂਕ ਪੂਰੇ ਕਰੇ ਔਰਤ ਖਾਮਦ ਦੇ ਘਰ ਜਾਏ ਇਸਲਾਮ ਕਹਿੰਦਾ ਖਾਮਦ ਦਾ ਹੱਕ ਹੈ ਕਿ ਔਰਤ ਦੇ ਸਾਰੇ ਹਕੂਕ ਪੂਰੇ ਕਰੇ ਔਰਤ ਬਹਿਨ ਦੇ ਰੂਪ ਵਿੱਚ ਹੋਵੇ ਤੇ ਭਰਾ ਦੀ ਇੱਜ਼ਤ ਹੋਵੇ ਬੇਟੀ ਦੀ ਸ਼ਕਲ ਹੋਵੇ ਤੇ ਰਹਿਮਤ ਹੋਵੇ ਬੀਵੀ ਦੀ ਸ਼ਕਲ ਹੋਵੇ ਤੇ ਖਾਮਦ ਦਾ ਅੱਧਾ ਈਮਾਨ ਹੋਵੇ ਤੇ ਫਿਰ ਵੀ ਅੱਜ ਕੱਲ ਦੀ ਔਰਤ ਉੱਠ ਕੇ ਆਂਦੀ ਹੈ ਮੇਰਾ ਹੱਕ ਮੁਝੇ ਦਿਆ ਜਾਏ ਕਿਹੜੇ ਹੱਕ ਦੀ ਗੱਲਾਂ ਕਰਦੀ ਹੈ ਜਿੰਨੀਆਂ ਸ਼ਾਨਾਂ ਔਰਤਾਂ ਨੂੰ ਦੇਸ਼ ਦਿੱਤੀਆਂ ਜਾ ਸਕਦੀਆਂ ਸਨ ਮਦੀਨੇ ਦੇ ਵਾਲੀ ਨੇ ਅਤਾ ਕਰ ਛੜੀਆਂ ਆਪਣੀ ਆਖਰਤ ਆਕਬਤ ਤਬਾਹ ਨਾ ਕਰੋ ਇਹ ਦੁਨੀਆ 4 ਦਿਨ ਦੀ ਹੈ ਹਾਂ ਇੱਥੇ ਜਿੰਨੇ ਆਇਆ ਨਾ ਜਿਹਨੇ ਜਿਹੜਾ ਆਇਆ ਉਹਨੇ ਵਾਪਸ ਜ਼ਰੂਰ ਜਾਣਾ ਉਹ ਬਾਬਾ ਜੀ ਫਰਮਾਇਆ ਕਰਦੇ ਸਨ ਨਾ ਜੇ ਤੂੰ ਹਸ਼ਰ ਕੋ ਹੋਗਾ ਮਾਲੂਮ ਕਿ ਜੀਤਾ ਕੌਣ ਔਰ ਹਾਰਾ ਕੌਣ ਹਮ ਸੂਵੇ ਹਸ਼ਰ ਚਲੇਂਗੇ ਸ਼ਾਹ ਅਬਰਾਰ ਕੇ ਸਾਥ ਕਾਫਲਾ ਹੋਗਾ ਰਵਾ ਕਾਫਲਾ ਸਾਲਾਰ ਕੇ ਸਾਥ ਔਰ ਇਹ ਤੋ ਤੈਬਾ ਕੀ ਮੁਹੱਬਤ ਕਾ ਅਸਰ ਹੈ ਵਰਨਾ ਕੌਣ ਰੋਤਾ ਹੈ ਲਿਪਟ ਕਰ ਦਰੋ ਦੀਵਾਰ ਕੇ ਸਾਥ ਅੱਲਾ ਕਰੀਮ ਮੇਰੀ ਔਰ ਆਪ ਹਬਾਬ ਦੀ ਇਸ ਹਾਜ਼ਰੀ ਨੂੰ ਆਪਣੀ ਲਾਇਜ਼ਾਲ ਬਾਰਕਤ ਕਬੂਲ ਫਰਮਾਏ ਵਮਾ ਤੌਫੀਕੀ।